जो घोड़ा मित्रों तुसी स्क्रीन ते देख रहे हो ये पंजाब दे लास्ट पिंड चा जिला मानसा गा। कहिंदा मतलब ही हरियाणे दे जमा बार्डर ती खड़ा घोड़ा। घोड़े च करंट बहुत आ, बाकी तुसी आ वीडियो च देख रहे हो। ते चंगा इन्ना घोड़ा नजायज ही चंगा गा, ते जिहड़ा दा रिजल्ट आ गा ना वो तां देखण योग ही आ। ते अगे वीडियो च तुसी बने रहे हो एंड तक, ते तुहानू इहदी माँ भी दिखावांगे घोड़े दी, ते रिजल्ट भी दिखावांगे, ते बाईयां नाल बह के सारी गल्लबात करांगे, ते कल्ली कल्ली डिटेल तुहानू दवांगे। आ जाओ फिर। हाँ जी मित्रों, वाहिगुरु जी का खालसा वाहिगुरु जी की फतेह जी। तो स्वागत अपने चैनल ते नवी वीडियो दे नाल। ते अज आपां बाई हुणा कोले आए होए आ, ते बाई हुणा दा पहला पिंड पुंड पुछांगे आपां, नाम पुछांगे। ते बाई हुणा दा बहुत सोहणा जानवर पालिया होया, ते बाई पहला तुसीं बहुत बहुत वधाई दे पात्रों बाई, एडा जानवर पालिया होया तुहाडा। धन्नवाद वीर जी। ते नाम दस दो बाई अपना। बाई मेरा नाम कुलदीप सिंह जी, ठीक है, पिंड संघा जी, ठीक है जी, जिला मानसा, ठीक है जी। ते आपां गल करीए बाई मेन जिथों काम चलिया, तुहानूं शौक कित्थों पिया सी? शौक तां वीरे बस आई देख के 2010-11 दी गल आ, पहलां पहली घोड़ी लैंदी, हौली हौली वधदा 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 गया जी। ठीक है। ते हुण तुहाडे कोल किन्ने जानवर ने? जानवर जी टोटली 5 ने। ठीक है। हांजी, ਕਿਹੜੇ ਕਿਹੜੇ ਜਾਨਵਰ ਆ ਬਾਈ ਤੁਹਾਡੇ ਕੋਲ? ਜਾਨਵਰ ਜੀ ਇੱਕ ਤਾਂ ਘੋੜਾ ਹੋ ਗਿਆ ਜੀ, ਠੀਕ ਹੈ ਜੀ, ਦੋ ਚੰਮੀਆਂ ਘੋੜੀਆਂ ਜੀ, ਘੋੜੇ ਦੀ ਮਾਂ, ਠੀਕ ਹੈ, ਉਗਰੀ, ਇੱਕ ਬਛੇਰਾ ਜੀ ਆਪਣੇ ਘੋੜੇ ਦੇ, ਠੀਕ ਆ, ਨਗਰਾ, ਠੀਕ। ਤੇ ਵੀਰੇ ਆਪਾਂ ਹੁਣ ਘੋੜੇ ਬਾਰੇ ਪੁੱਛੀਏ, ਇਹਦੀ ਸਾਰੀ ਡਿਟੇਲ ਦੋ ਆਪਣੇ ਦਰਸ਼ਕਾਂ ਨੂੰ। ਹਾਂਜੀ। ਤੇ ਕਿਹੜੀ ਲੈਣ ਦਾ ਹੈ, ਕੀ ਹਾਈਟ ਹੈ ਇਹ? ਵੀਰ ਜੀ ਸੂਰੇ ਵਾਲੀ ਲੈਣ ਹੈ ਜੀ, ਠੀਕ ਹੈ ਜੀ। ਹਾਈਟ ਇਹਦੀ ਹੈਗੀ 68 ਇੰਚ, ਠੀਕ ਹੈ ਜੀ। ਇਹ ਖਲੀ ਦਾ ਜੀ, ਗੁਲਜ਼ਾਰ ਦਾ ਪੁੱਤ ਹੈ ਜੀ, ਖਲੀ ਹੈਗਾ ਇਸ ਟਾਈਮ ਨਾਗਰੇ ਜੱਸੀ ਹੋਰਾਂ ਕੋਲ। ਹਾਂਜੀ। ਤੇ ਉਮਰ ਕਿੰਨੀ ਹੈ ਵੀਰੇ ਆਪਣੇ ਘੋੜੇ? ਉਮਰ ਜੀ 4.5 ਸਾਲ ਦਾ ਹੋਵੇ। 4.5 ਸਾਲ? ਹਾਂਜੀ, 4 ਸਾਲ ਦੀ ਹੈ। ਪਿਓ ਦੀ ਹਾਈਟ ਬਹੁਤ ਸੀ। ਓਹਦੀ ਕਿੰਨੀ ਹਾਈਟ ਹੋਊ ਜੀ ਪਿਓ ਦੀ? ਓਹਦੀ ਹੋਊ ਜੀ 69 ਜੀ, 69 ਇੰਚ। ਠੀਕ ਹੈ, 69 ਇੰਚ। ਤੇ ਉਮਰ ਕਿੰਨੀ ਹੈ ਵੀਰੇ ਆਪਣੇ ਘੋੜੇ ਦੀ? ਉਮਰ ਜੀ 4.5 ਸਾਲ ਹੋ ਗਏ, 4 ਦਿਨ ਦੀ ਹੈ। ਠੀਕ ਹੈ। ਹਾਂਜੀ, ਪੰਜਾਬ ਕਦੋਂ ਤੋਂ ਵੀਰੇ ਇਹਨੂੰ ਛੱਡਣ ਲੱਗ ਗਏ ਸੀ ਘੋੜੀਆਂ ਤੇ? ਛੱਡਣ ਇਹਨੂੰ ਵੀਰੇ ਹੋ ਗਏ 2.5-2 ਸਾਲ ਛੱਡਦਾ ਨੇ। ਠੀਕ ਹੈ। ਹਾਂਜੀ, ਰਿਜ਼ਲਟ ਆ ਗਏ, ਕਾਫੀ ਬੱਚੇ ਆ ਗਏ ਜੀ ਇਹਦੇ। ਠੀਕ ਹੈ ਜੀ। ਆਪਾਂ ਸੇਲ ਪਰਚੇਜ ਵੀ ਕਰਦੇ ਆ, ਘੋੜੀਆਂ ਮੀਟਿੰਗ ਕਰਾ ਕੇ ਵੇਚੀਆਂ ਵੀ ਨੇ। ਠੀਕ ਹੈ ਜੀ। ਕੁਝ ਆਪਣੇ ਏਰੀਏ 'ਚ ਨੇ, ਕੁਝ ਇੱਕ ਬੱਚਾ ਆਪਣੇ ਘਰੇ ਖੜੇ। ਠੀਕ ਹੈ। ਕੋਈ ਅੰਦਾਜ਼ਾ ਵੀਰੇ ਕਿੰਨੀਆਂ ਘੋੜੀਆਂ ਹੁਣ ਤੱਕ ਮੇਟ ਹੋ ਗਈਆਂ ਹੋਣੀਆਂ? 100+ ਹੋ ਗਈ ਜੀ। 100+ ਹੋ ਗਈ। ਹਾਂਜੀ ਹਾਂਜੀ ਹਾਂਜੀ। ਕਹਿੰਦਾ ਮਤਲਬ ਬਿਨਾ ਕਿਸੇ ਵੀਡੀਓ ਤੇ, ਬਿਨਾ ਵੇਲੇ ਤੋਂ ਵੀ 100+? ਹਾਂਜੀ ਹਾਂਜੀ। ਕਹਿੰਦਾ ਮਤਲਬ ਦੋਸਤੋ ਇੱਕ ਗੱਲ ਹੋਰ ਖਾਸ ਦੱਸੀ ਹੈ, ਨਾ ਤਾਂ ਬਾਈ ਨੇ ਹੁਣ ਤੱਕ ਸੋਸ਼ਲ ਮੀਡੀਆ ਤੇ ਸ਼ੋਅ ਕੀਤਾ ਘੋੜਾ, ਹਾਂ, ਤੇ ਨਾ ਹੀ ਕਿਸੇ ਮੇਲੇ ਤੇ ਲੱਗੇ, ਹਨਾ ਵੀਰੇ? ਨਾ ਜੀ। ਤੇ ਪਹਿਲੀ ਵਾਰੀ ਆਪਣੀ ਚੈਨਲ ਤੇ ਤੁਹਾਨੂੰ ਦਿਖਾਉਣ ਲੱਗਿਆ, ਬਹੁਤ ਚੰਗਾ ਘੋੜਾ ਹੈਗਾ ਤੇ ਨਾਮੀ ਘੋੜਿਆਂ ਚ ਇੱਕ ਦਿਨ ਇਹਦਾ ਪੂਰਾ ਨਾਮ ਪੈਣਾ ਘੋੜੇ ਦਾ। ਚੱਲ ਪਿਆ ਨਾਮ ਤਾਂ, ਬਸ ਪੈ ਹੀ ਗਿਆ ਹੁਣ ਨਾਮ ਤਾਂ, ਐਡਾ ਵੱਡਾ ਜਦੋਂ ਸਾਹਣ ਪਲ ਗਿਆ ਨਾਮ ਪੈ ਗਿਆ। ਰਿਜ਼ਲਟ ਬਈ ਕਿੱਦਾਂ ਦੇ ਆ ਰਹੇ ਨੇ? ਰਿਜ਼ਲਟ ਅੱਛੇ ਆ ਰਹੇ ਜੀ। ਹਾਂ ਜੀ, ਇੱਕ ਬਛੜਾ ਤੁਸੀਂ ਦੇਖੀ ਆਪਣੇ ਘਰੇ? ਹਾਂ ਹਾਂ, ਘਰੇ ਹੈਗਾ ਤੁਹਾਡੇ ਕੋਲ? ਠੀਕ ਹੈ ਜੀ। ਹਾਂ ਜੀ ਹਾਂ ਜੀ। ਰਿਜ਼ਲਟ ਦੀਆਂ ਵੀ ਤੇ ਕਿੰਨੇ ਰਿਜ਼ਲਟ ਬਈ ਇਹਦੇ ਆ ਗਏ ਹੁਣ ਤੱਕ? ਰਿਜ਼ਲਟ ਇਹਦੇ ਜੀ 20 ਘੋੜੀਆਂ ਤਕਰੀਬਨ ਸੂਬੀਆਂ ਆਪਣੇ ਸਾਹਮਣੇ ਜੀ, ਬਾਕੀ ਕਨਫਰਮ ਨਹੀਂ ਹੈਗਾ ਕਿ ਘੋੜੀਆਂ ਸੇਲ ਕੀਤੀਆਂ ਸੀ। ਆਪਾਂ ਹੁਣ ਉਹ ਗਾਂ ਦੀ ਗਾਂ ਜਿਵੇਂ ਕੋਈ ਲੈ ਜਾਂਦਾ ਅੱਗੇ ਵਗ ਜਾਂਦੀ ਗਾਂ ਤੁਰੇ। ਹਾਂਜੀ ਹਾਂਜੀ। ਤੇ ਬਾਕੀ ਜਾਨਵਰਾਂ ਦੀ ਗੱਲ ਬਈ ਬਾਅਦ ਚ ਕਰਦੇ ਆ, ਇੱਕ ਵਾਰ ਨਾ ਜਿੰਨੇ ਵੀ ਆਪਣੇ ਨਾਲ ਵੀਰ ਬੈਠੇ ਨੇ ਸਾਰੇ ਵੀ ਆਪਣੀ ਨਾ ਵਾਰਤਾਲਾਪ ਕਰਾ ਦੋ ਵੀਡੀਓ ਚ। ਠੀਕ ਹੈ ਜੀ। ਇਹ ਤਾਂ ਆਪਣੇ ਜੀ ਇੱਥੋਂ ਹੀ ਨੇ, ਸੈਂ ਸੈਂ ਗੈਂ ਏਜੰਸੀ ਹੈ। ਠੀਕ ਹੈ ਜੀ। ਤਲਵਾਰ ਇਹ ਬਾਈ ਮਿੱਠਾ ਜੀ ਸਰਦੂਲਗੜ੍ਹ ਤੋਂ ਜੀ, ਇਹਨਾਂ ਦਾ ਵੀ ਸੇਲ ਪਰਚੇਜ ਦਾ ਕੰਮ ਹੈ ਘੋੜੀਆਂ ਦਾ। ਠੀਕ ਹੈ ਜੀ। ਇਹ ਆਪਣਾ ਭਤੀਜਾ ਜੀ। ਠੀਕ ਹੈ ਜੀ। ਇਹ ਵੀ ਆਪਣਾ ਭਤੀਜੇ ਬੱਗੂ ਵਾਲੀ ਤੋਂ ਪਿੰਡੋਂ, ਉਹ ਵੀ ਭਤੀਜਾ ਜੀ, ਉਹ ਆਪਣੇ ਰਿਸ਼ਤੇਦਾਰ ਨੇ। ਠੀਕ ਹੈ ਜੀ। ਆ ਬੈਠਾ ਜੀ ਭਤੀਜਾ, ਇਹ ਬਾਈ ਨੜਿਆਏ ਤੋਂ ਨੇ। ਠੀਕ ਹੈ ਜੀ। ਇਹ ਆਪਣਾ ਸੇਵਾਦਾਰ ਜੀ ਪਿੱਛੇ ਖੜਾ। ਠੀਕ ਹੈ ਜੀ। ਹਾਂਜੀ ਹਾਂਜੀ। ਤੇ ਆਪਣੇ ਜਿੰਨੇ ਵੀਰ ਬੈਠੇ ਨੇ ਬਈ, ਇਹਨਾਂ ਨੇ ਵੀ ਜਾਨਵਰ ਰੱਖੇ ਹੋਏ? ਹਾਂ, ਜਾਨਵਰ ਆ ਮੁੰਡੇ ਕੋਲੇ ਹੈ ਜੀ। ਹਾਂਜੀ ਹਾਂਜੀ, ਇੱਕ ਭਤੀਜੇ ਕੋਲੇ ਆਪਣੇ ਕੋਲੇ ਬਛੇਰੀ ਆਪਣੇ ਘੋੜੇ ਦੀ ਆ। ਹਾਂਜੀ। ਤੇ ਆ ਮਿੱਠੇ ਦਾ, ਇਹਦਾ ਆਪਣਾ ਸਿਰ ਤੇ। ਹਾਂ ਬਈ, ਜਿਵੇਂ ਕਿ ਤੁਹਾਨੂੰ ਬਈ ਪਤਾ ਹੀ ਹੋਣਾ, ਦਰਸ਼ਕੋ ਦੇਖ ਸਕਦੇ ਹੋ ਤੁਸੀਂ ਬਾਈ ਮਿੱਠਾ, ਹਨਾ। ਤੇ ਘੋੜੇ ਦੀ ਦੁਨੀਆ 'ਚ ਬਹੁਤ ਵੱਡਾ ਨਾਮ ਆ ਬਾਈ ਦਾ, ਸੇਲ ਪਰਚੇਜ ਦਾ ਕੰਮ ਵੀ ਹੈਗਾ, ਤੇ ਬਹੁਤ ਹੀ ਜੈਨੂਅਨ ਜਿਹਾ ਕਹਿੰਦਾ ਮਤਲਬ ਵੀ ਬਹੁਤ ਵਧੀਆ ਕੰਮ ਕਰਦੇ ਨੇ ਬਾਈ, ਔਰ ਸਾਰੇ ਜਾਣਦੇ ਹੋਣਗੇ ਬਾਈ ਨੂੰ। ਤੇ ਨੰਬਰ ਨੰਬਰ ਵੀ ਆਪਾਂ ਇੱਕ ਵਾਰ ਦਵਾ ਦਾਂਗੇ ਤੁਹਾਨੂੰ, ਕਿਸੇ ਵੀ ਨੂੰ ਕਿਸੇ ਜਾਨਵਰ ਦੀ ਲੋੜ ਹੋਈ ਹੈ ਨਾ, ਬਹੁਤ ਘੱਟ ਰੇਟ ਤੇ ਬਹੁਤ ਚੰਗਾ ਜਾਨਵਰ ਦਵਾ ਦਿੰਦੇ ਬਾਈ ਹੁਣ। ਤੇ ਬਾਈ ਜੀ ਆਪਣੇ ਹੋਰ ਜਾਨਵਰ ਬਾਰੇ ਵੀ ਦੱਸੋ, ਵੀ ਹੋਰ ਕਿਹੜੇ ਕਿਹੜੇ ਜਾਨਵਰ ਰੱਖੇ ਹੋਏ? ਜਾਨਵਰ ਜੀ ਚੰਬੀਆਂ ਘੋੜੀਆਂ ਦੋ ਜੀ। ਠੀਕ ਹੈ ਜੀ। ਇੱਕ ਘੋੜੇ ਦੀ ਮਾਂ ਜੀ ਨੂਗਰੀ, ਠੀਕ ਹੈ, ਆਪਣੇ ਘੋੜੇ ਦੀ। ਠੀਕ ਹੈ ਜੀ। ਟੋਟਲੀ 5 ਜਾਨਵਰ ਨੇ ਆਪਣੇ ਫਾਰਮ ਦੇ।
ਠੀਕ ਹੈ ਆਪਾਂ ਪੁੱਛੀ ਸਾਰਿਆਂ ਨੂੰ ਪਹਿਲਾਂ ਆਪਣੇ ਫਾਰਮ ਤੇ ਕਿਹੜਾ ਜਾਨਵਰ ਆਇਆ ਜੀ ਇਹਨਾਂ ਚੋਂ ਆਇਆ ਜਾਂ ਫਿਰ ਘੋੜੇ ਦੀ ਮਾਂ ਹੀ ਆਈ ਹੈ ਜੀ ਪਹਿਲਾਂ ਮਾਂ ਹੀ ਹੈ ਹਾਂਜੀ ਉਹ ਕਦੋਂ ਲਿਆਂਦੀ ਸੀ ਤੁਸੀਂ ਉਹ ਲਈ ਸੀ ਜੀ ਆਪਾਂ 2015-16 ਦੀ ਗੱਲ ਉਦੋਂ ਪਹਿਲਾਂ ਸੀਗੀ ਇੱਕ ਘੋੜੀ ਠੀਕ ਹੈ ਜੀ ਹਾਂਜੀ ਥੋੜਾ ਥੋੜਾ ਕੰਮ ਜਿਹਾ ਚੱਲਦਾ ਸੀ ਫਿਰ ਉਦੋਂ ਬਾਅਦ ਇਹ ਪੱਕੀ ਰੱਖ ਲਈ ਠੀਕ ਹੈ ਜੀ ਹਾਂਜੀ ਤੇ ਘੋੜੇ ਦੀ ਮਾਂ ਵੀਰੇ ਤੁਸੀਂ ਲੈ ਕੇ ਆਏ ਸੀ ਕਿੰਨੀ ਉਮਰ ਸੀ ਉਦੋਂ ਜੀ ਉਦੋਂ 4 ਦੰਦ ਸੀ ਜੀ 4 ਦੰਦ ਹਾਂਜੀ ਤੇ ਕਿੰਨੇ ਸੂਏ ਦੇਗੀ ਵੀਰੇ ਆਪਣੇ ਕੋਲ ਇਹ 2 ਸੂਏ ਦੇਗੀ ਜੀ ਆਪਣੇ ਕੋਲੇ ਠੀਕ ਹੈ ਜੀ ਹਾਂ ਘੋੜੇ ਤੋਂ ਪਹਿਲਾਂ ਸੂਏ ਸੀ ਦੁਬਾਰਾ ਇਹ ਕੋਈ ਰਹੀ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਮਲਾਈ ਹੋਈ ਹੈ ਇਹ ਆਪਣੇ ਐਡੇ ਘੋੜੇ ਨੂੰ ਜਨਮ ਦੇਣ ਤੋਂ ਬਾਅਦ ਇਹ ਦੁਬਾਰਾ ਦੁਬਾਰਾ ਰਹੀ ਨਾ ਰਹੀ ਨਹੀਂ ਰਹੀ ਅੱਛਾ ਇੱਕ ਹੀ ਹੀਰਾ ਦਿੱਤਾ ਮੋੜਾ ਹੀਰਾ ਇੱਕ ਪਹਿਲਾਂ ਦਿੱਤਾ ਸੀ ਉਹ ਵੀ ਬਹੁਤ ਸੋਹਣਾ ਤਿਆਰ ਹੋਇਆ ਘੋੜਾ ਬਣ ਗਿਆ ਸੀ ਠੀਕ ਹੈ ਉਦੋਂ ਹੀ ਸੇਲ ਕਰਤਾ ਜੀ ਹਾਂਜੀ ਉਹ ਸੇਲ ਕਰਤਾ ਜੀ ਠੀਕ ਹੈ ਜੀ ਤੇ ਕਿੰਨਾ ਟਾਈਮ ਹੋ ਗਿਆ ਵੀਰੇ ਦੁਬਾਰੇ ਰਹੀ ਨਹੀਂ ਕਿੰਨਾ ਟਾਈਮ ਤੁਸੀਂ ਦੇਖ ਲਓ ਜੀ 4.5 ਸਾਲ ਹੋ ਗਏ ਨੇ ਅੱਛਾ ਜੀ ਉਮਰ ਦੇ 4.5 ਸਾਲ ਹੋ ਗਏ ਤੇ ਬਾਕੀ ਸਾਰਾ ਟ੍ਰੀਟਮੈਂਟ ਡਾਕਟਰ ਤੋਂ ਸਭ ਕੁਝ ਕਰਾਇਆ ਹਾਂਜੀ ਕਰਵਾਇਆ ਜੀ ਹਾਂਜੀ ਹੁਣ ਮੇਟ ਹੋਈ ਵੀ ਦੁਬਾਰੇ ਹਾਂ ਹੁਣ ਮੇਟ ਕਰਾਈ ਹੋਈ ਕਿਹੜੇ ਕੋੜੇ ਤੋਂ ਕਰਾਈ ਜੀ ਹੁਣ ਜੀ ਆਪਾਂ ਹੀ ਲਿਆਂਦਾ ਸੀ ਇੱਕ ਬਛੇਰਾ ਸਗੂ ਦਾ 2 ਦੰਦ ਠੀਕ ਉਹ ਦੇਤਾ ਸੀਗਾ ਤੇ ਉਸੇ ਤੋਂ ਕਰਵਾਈ ਠੀਕ ਹੈ ਠੀਕ ਹੈ ਜੀ ਤੇ ਹੁਣ ਆਪਾਂ ਦੂਜੀ ਘੋੜੀ ਦੀ ਗੱਲ ਕਰੀਏ ਵੀਰੇ ਇੱਕ ਤੁਸੀਂ ਜਿਹਦੇ ਮਾਗਰ ਘੋੜੇ ਦਾ ਰਿਜ਼ਲਟ ਆਇਆ ਹਾਂਜੀ ਹਾਂਜੀ ਉਹ ਘੋੜੀ ਬਾਰੇ ਵੀ ਆਪਣੇ ਦਰਸ਼ਕਾਂ ਨੂੰ ਦੱਸੇਲ ਆਪਾਂ ਹਾਂਜੀ ਹਾਂਜੀ ਉਹ ਹਾਈਟ ਉਹਦੀ 60 ਇੰਚ ਹੈ ਜੀ ਠੀਕ ਹੈ ਜੀ ਹਾਂਜੀ ਉਮਰ ਅੱਧੀ ਹੋਊਗੀ 9-10 ਸਾਲ ਦੀ ਉਮਰ ਹੈ ਜੀ ਇਹਦੀ 9-10 ਸਾਲ ਹਾਂਜੀ ਹਾਂਜੀ ਪਹਿਲਾਂ ਮੈਨੇ ਬੱਚੇ ਬਹੁਤ ਚੰਗੇ ਦਿੱਤੇ ਹਾਂਜੀ ਹੁਣ ਵੀ ਦੁਬਾਰਾ ਗੱਭਣਾ ਇਸੇ ਲਈ ਚਾਹੀਦਾ ਤੇ ਆਪਣੇ ਕੋਲੇ ਉਹਨੇ ਕਿੰਨੇ ਸੂਏ ਦਿੱਤੇ ਪਹਿਲਾ ਬੱਚੇ ਹੀ ਆਪਣੇ ਕੋਲੇ ਦਾ ਬਛੇਰਾ ਜਿਹੜਾ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਰਿਜ਼ਲਟ ਬਈ ਬਹੁਤ ਸੋਹਣਾ ਦਿੱਤਾ ਹਾਂਜੀ ਤੇ ਇਹਦੀ ਆਪਦੀ ਹਾਈਟ ਕਿੰਨੀ ਹੈ ਉਹਦੀ ਮਾਂ ਦੀ ਬੱਚੇ ਬੱਚੇ 60 ਇੰਚ ਜੀ 60 ਇੰਚ ਹਾਂਜੀ ਠੀਕ ਹੈ ਦਰਸ਼ਕੋ ਤੁਸੀਂ ਆ ਵੀਡੀਓ 'ਚ ਆਪਾਂ ਕਲਿੱਪ ਵੀ ਲਾ ਦਿੱਤੀ ਤੁਸੀਂ ਦੇਖ ਸਕਦੇ ਹੋ ਬੱਚਾ ਬਹੁਤ ਚੰਗਾ ਬਾਕ ਮਾਲੀ ਦਿੱਤਾਗਾ ਹਾਂ ਤੇ ਦੇਖ ਸਕਦੇ ਹੋ ਖੜਨੀ ਖੁੱਲੀ ਦਾ ਕੀ ਉਮਰ ਕਿੰਨੀ ਹੈ ਬਈ ਬੱਚੇ ਦੀ ਉਹਦੀ 5.5 ਮਹੀਨੇ ਜੀ 5.5 ਹਾਂਜੀ ਠੀਕ ਹੈ ਜੀ ਸਪੋਟਲੈਸ ਹੈ ਜਮਾ ਹਾਂਜੀ ਬਿਲਕੁਲ ਸਪੋਟਲੈਸ ਠੀਕ ਹੈ ਜੀ ਤੇ ਕਿੰਨੀਆਂ ਕਿ ਚੰਪੀਆਂ ਘੋੜੀਆਂ ਕਿੰਨੀਆਂ ਕਿ ਨੌਕਰੀਆਂ ਤੇ ਬਈ ਚੰਪੀਆਂ ਦੀ ਜ਼ਿਆਦਾਤਰ ਚੰਪੀਆਂ ਘੋੜੀਆਂ ਮੇਟ ਕਰਾਈਆਂ ਹੈ ਠੀਕ ਹੈ ਬਈ ਨੌਕਰੀਆਂ ਤਾਂ ਘੱਟ ਕਰਾਈਆਂ ਚੰਪੀਆਂ ਜ਼ਿਆਦਾ ਚੰਪੀਆਂ ਦੇ ਨੌਕਰੇ ਹੀ ਬਹੁਤ ਵਧੀਆ ਰਿਜ਼ਲਟ ਆਇਆ ਚੰਪੀਆਂ ਠੀਕ ਹੈ ਬਈ ਤੇ ਬਈ ਆਪਾਂ ਹੁਣ ਘੋੜੇ ਦੀ ਗੱਲ ਕਰ ਲਈਏ ਆਪਾਂ ਮੇਨ ਗੱਲ ਜਿਹੜੀ ਹੈ ਨਾ ਮੁੱਦੇ ਦੀ ਗੱਲ ਆ ਤੇ ਘੋੜਾ ਤੁਸੀਂ ਹੁਣ ਮੇਟ ਤੇ ਛੱਡਣ ਲੱਗ ਗਏ ਮਤਲਬ ਸਰਵਿਸ ਦੇਣ ਲੱਗ ਗਏ ਸਟਾਰਟ ਸਰਵਿਸ ਹਾਂਜੀ ਹਾਂਜੀ ਤੇ ਇੱਕ ਗੱਲ ਆ ਜਾਂਦੀ ਆ ਫੀਸ ਦੀ ਹਾਂਜੀ ਬਹੁਤ ਮਤਲਬ ਬਹੁਤ ਹਾਈ ਲੈਵਲ ਦੀਆਂ ਫੀਸਾਂ ਹੋਈਆਂ ਪਈਆਂ ਨੇ ਹਾਂਜੀ ਹਾਂਜੀ ਸਮਝ ਗਿਆ ਤੇ ਤੁਸੀਂ ਕਿੰਨੀ ਕੁ ਫੀਸ ਰੱਖੀ ਹੈ ਫੀਸ ਵੀਰੇ ਨਾਰਮਲੀ ਆਪਣੀ 15000 ਰੁਪਇਆ ਸਿਰਫ ਹਾਂਜੀ ਸਿਰਫ ਤੁਸੀਂ ਇੰਨੀ ਕੁ ਫੀਸ ਕੀ ਸੋਚ ਕੇ ਰੱਖੀ ਉਹ ਇਹੀ ਸੋਚ ਕੇ ਰੱਖੀ ਮਾ ਕੋਈ ਹਰੇਕ ਭੈਣ ਭਾਈ ਆ ਜੇ ਕਿਸੇ ਨੂੰ ਮਹਿਸੂਸ ਨਾ ਹੋਵੇ ਠੀਕ ਹੈ ਮਾ ਕੋਈ ਘੱਟ ਫੀਸ ਦੇਣ ਵਾਲਾ ਬੰਦਾ ਇਹ ਚ ਸਾਰੇ ਆ ਜਾਂਦੇ ਨੇ ਫਿਰ ਇਹ ਤਾਂ ਹੈ ਬਾਈ ਹਾਂਜੀ ਹਾਂਜੀ ਤੁਸੀਂ ਮਿੱਤਰੋ ਬਾਈ ਦੀ ਸੋਚ ਦੇ ਸਕਦੇ ਹੋ ਕੋਈ ਵੀ ਗਰੀਬ ਗੁਰਬਾ ਆਵੇ ਹਨਾ ਚਲੋ ਮਾੜਾ ਮੋਟਾ ਤੁਸੀਂ ਹੋਰ ਵੀ ਮਾੜਾ ਮੋਟਾ ਮਾਨਤਾ ਵੀ ਕਰ ਸਕਦੇ ਕਈ ਵਾਰ ਜੀ ਜਮੀ ਕੋਈ ਗਰੀਬ ਆ ਜਾਂਦਾ ਉਹਨੂੰ ਆਪਾਂ ਜਿੰਨੀ ਵਾਲਾ ਦੇ ਜਾਂਦਾ ਉਥੋਂ ਕਦੇ ਅੜ ਕੇ ਲਈ ਵੀ ਨਹੀਂ ਠੀਕ ਹੈ ਜੀ ਹਾਂਜੀ ਹਾਂਜੀ ਕਈ ਵਾਰ ਨਹੀਂ ਕਿਸੇ ਛੱਤ ਘੱਟ ਫੀਸ ਨਹੀਂ ਦੇ ਸਕਦਾ ਜ਼ਿਆਦਾ ਅਗਲਾ ਠੀਕ ਹੈ ਜੀ ਪੂਰੀ ਫੀਸ ਅਗਲਾ ਕਹਿੰਦਾ ਇੰਨੇ ਵਿੱਚ ਕੋਈ ਗੱਲ ਨਹੀਂ ਮਿਲੇ ਜੀ ਕੋਈ ਠੀਕ ਹੈ ਹਾਂਜੀ ਹਾਂਜੀ ਤੇ ਨਾਮ ਕੀ ਰੱਖਿਆ ਵੀਰੇ ਆਪਾਂ ਘੋੜੇ ਸੁਲਤਾਨ ਜੀ ਸੁਲਤਾਨ ਹਾਂਜੀ ਹਾਂਜੀ ਕਈ ਘੋੜੀਆਂ ਨਾਂ ਵੀ ਰਹਿੰਦੀਆਂ ਹੁਣ ਨਾ ਜੀ ਅੰਦਰ ਦੀ ਸਾਫ ਹੋਵੇ ਚੈੱਕ ਕਰਾ ਕੇ ਲਿਆ ਆਵੇ ਠੀਕ ਹੈ ਮੈਂ ਆਪਣਾ ਸੇਲ ਪਰਚੇਜ ਦਾ ਕੰਮ ਹੈ ਬਹੁਤ ਘੋੜੀਆਂ ਜਿਹੜੀਆਂ ਲੋਕ ਕਹਿੰਦੇ ਸੀ ਡਾਕਟਰ ਸਾਹਿਬ ਵੀ ਵਿੱਚ ਹੋਰ ਕਹਿ ਜਾਂਦੇ ਸੀ ਵੀ ਨਹੀਂ ਰਹਿੰਦੀਆਂ ਉਹ ਵੀ ਗੱਭਣਾ ਰਹੀਆਂ ਘੋੜੀਆਂ ਇਥੋਂ ਜੀ ਠੀਕ ਹੈ ਤੇ ਰਿਜ਼ਲਟ ਬਹੁਤ ਸੋਹਣਾ ਜੰਮਿਆ ਤੇ ਵੀ ਨੌਕਰੀ ਸੀ ਕਈ ਘੋੜੀਆਂ ਆਪਣੇ ਕੋਲ ਲੈ ਕੇ ਮਿਲਾ ਕੇ ਕਹਿੰਦੇ ਰਹਿੰਦੇ ਨਹੀਂ ਮਾਂ ਕੋਈ ਗੱਲ ਜਦੋਂ ਆ ਕੇ ਦੇਖਦਾ ਨਾ ਬੰਦਾ ਘੋੜਾ ਹੋ ਸਕਦਾ ਵੀਡੀਓ ਚ ਕਿਵੇਂ ਵੀ ਦਿਸੇ ਅੱਡ ਅੱਡ ਸੋਚ ਹੁੰਦੀ ਆ ਕਿਉਂ ਬਾਈ ਦੀ ਹਾਈਟ ਵੀ ਮੈਨੂੰ ਲੱਗਦਾ 6.5 ਫੁੱਟ ਹੋਊਗੀ ਹਾਂਜੀ 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 ਤੇ ਉਹ ਦੇਖ ਕੇ ਅਗਲਾ ਘੋੜੇ ਤੋਂ ਕਈ ਵਾਰੀ ਅੰਦਾਜ਼ਾ ਲਾ ਲੈਂਦਾ ਹੈ ਇਹਦੀ 68 ਪਲੱਸ ਹਾਈਟ ਆ ਜੀ ਪਿੱਠ ਬੜਾ ਬਹੁਤ ਸੋਹਣਾ ਗਰਦਨ ਸੰਭਾਂ ਦੀ ਮਜ਼ਬੂਤੀ ਬਾਕੀ ਬੱਚੇ ਦਾ ਬਾ ਕਮਾਲ ਹੀ ਨਹੀਂ ਹੈਗੀ ਆ ਬਈ ਇੰਨੀ ਹਾਂਜੀ ਪ੍ਰਮਾਤਮਾ ਇਹਨੂੰ ਲੰਬੀ ਉਮਰ ਬਖਸ਼ੇ ਹਾਂ ਤੇ ਬਾਕੀ ਆ ਕੇ ਜਦੋਂ ਕੋਈ ਵੀਰ ਭਰਾ ਦੇਖੂਗਾ ਤਾਂ ਮਨ ਖੁਸ਼ ਹੋ ਜਾਂਦਾ ਹਾਂ ਮਨ ਖੁਸ਼ ਹੁੰਦਾ ਹਾਂ ਜੀ ਹਾਈਟ ਬਹੁਤ ਇੱਕ ਤਾਂ ਹੁੰਦੀ ਆ ਕਹਿਣ ਵਾਲੀ ਹਾਂ ਇਹਦੀ ਸਹੀ ਹਾਈਟ ਆ ਜੀ ਇਹਨੀ ਠੀਕ ਕਿਸੇ ਪੱਖੋਂ ਘਾਟ ਨਹੀਂ ਮਤਲਬ ਘੋੜੇ ਚ ਹਨਾ ਹਾਂ ਤੇ ਵੀ ਰਾਈਡਿੰਗ ਵੀ ਕਰਨ ਲੱਗੇ ਰਾਈਡਿੰਗ ਜੀ ਥੋੜੀ ਮੋਟੀ ਕਰ ਲੈਣਾ ਜ਼ਿਆਦਾ ਨਹੀਂ ਮਤਲਬ ਵੀ ਬਾਈ ਨੇ ਜਿਵੇਂ ਮਿੱਠੇ ਨੇ ਦੱਸਿਆ ਕਿਸੇ ਦੀ ਘੋੜੀ ਨਾ ਵੀ ਰਹਿੰਦੀ ਹੋਵੇ ਕਹਿੰਦਾ ਮਤਲਬ ਵੀ ਬਹੁਤ ਟਾਈਮ ਤੋਂ ਅਗਲਾ ਖੋਜੀ ਜਾਂਦਾ ਹਨਾ ਵੀ ਦੇਖ ਲੈਂਦਾ ਸਾਰੇ ਕੰਮ ਕਰਕੇ ਦੇਖ ਲੈਂਦਾ ਰਹਿੰਦੀ ਨੀ ਘੋੜੀ ਤਾਂ ਇੱਕ ਵਾਰ ਬਾਈਆਂ ਨੂੰ ਸੰਪਰਕ ਜ਼ਰੂਰ ਕਰਿਓ 100% ਤੁਹਾਡੀ ਘੋੜੀ ਇੱਥੇ ਕੰਪਨੀ ਨਾ ਲੰਮੀ ਹੀਟ ਰੱਖਦੀਆਂ ਜੀ ਜ਼ਿਆਦਾ ਘੋੜੇ ਦੇਣੇ ਪੈਂਦੇ ਉਹਨਾਂ ਨੂੰ ਹਾਂ ਬਈ ਹਾਂ ਜੀ ਉਹ ਬਾਈ ਉਸ ਗੱਲ ਦੀ ਦਿੱਕਤ ਨਹੀਂ ਉਹ ਕੋਈ ਚੱਕਰ ਨਹੀਂ ਵੀਰ ਜੀ ਘੋੜੀ ਕਈ ਕਿ ਦਿਨ 10-10 ਦਿਨ ਵੀ ਖੜ ਜਾਂਦੇ ਆ ਆਪਾਂ ਕਦੇ ਨਹੀਂ ਠੀਕ ਆ ਅੱਗੇ ਵੇਚੀਆਂ ਹੋਈਆਂ ਠੀਕ ਹੈ ਬਸ ਸਾਈਡ ਜੀ ਤੇ ਖੜਾ ਥੋੜਾ ਜਿਹਾ ਤੇ ਮੈਨੂੰ ਲੱਗਦਾ ਜੇ ਆਪਣੇ ਉਧਰ ਜਿਆਦਾ ਪੰਜਾਬ ਵਾਲੇ ਏਰੀਆ ਚ ਹੋਵੇ ਤਾਂ
ਦਵਾਤੀ ਹੋਰ ਮਤਲਬ ਤਸੱਲੀ ਕਰਾ ਕੇ ਦਊ ਜਾਂ ਮੈਂ ਠੀਕ ਹੈ ਚਾਹੇ ਦੂਰ ਹੀ ਹੈਗਾ ਕਹਿੰਦਾ ਮੈਂ ਦਰਸ਼ਕੋ ਪਰ ਰਿਜ਼ਲਟ ਘੋੜੇ ਦੇ ਬਹੁਤ ਚੰਗੇ ਜੇ ਇੱਕ ਵਾਰ ਵੀ ਤੁਸੀਂ ਇੱਥੇ ਆਓਗੇ ਇੱਕ ਵਾਰ ਵੀ ਆਓਗੇ ਦੁਬਾਰੇ ਦੁਬਾਰੇ ਆਓਗੇ ਹਾਂ ਭਾਈ ਜਦੋਂ ਆਪਣੇ ਕੋਲੇ ਮਤਲਬ ਦੂਰੋਂ ਆ ਗਿਆ ਕੋਈ ਘੋੜੀ ਘੋੜੀ ਮੀਟ ਕਰਾਉਣਾ ਹਾਂਜੀ ਹਾਂਜੀ ਉਹਦੇ ਵਾਸਤੇ ਰਹਿਣ ਸਹਿਣ ਦਾ ਪ੍ਰਬੰਧ ਹਾਂਜੀ ਸਭ ਹੈ ਜੀ ਸਭ ਅਰੇਂਜਮੈਂਟ ਹੈ ਜੀ ਘੋੜੀ ਦਾ ਵੀ ਠੀਕ ਹੈ ਭਾਈ ਰਹਿਣ ਸਹਿਣ ਦਾ ਬੰਦੇ ਦਾ ਵੀ ਠੀਕ ਹੈ ਹਾਂਜੀ ਹਾਂਜੀ ਤੇ ਇੱਕ ਗੱਲ ਵੀਰੇ ਹੋਰ ਪੁੱਛਦਾ ਸੀ ਮੈਂ ਤੇ ਜਦੋਂ ਆਪਾਂ ਮੰਨੋ ਪਹਿਲਾਂ ਆਪਣਾ ਘੋੜਾ ਸਟਾਰਟ ਕਰਦੇ ਆ ਰੱਖਣਾ ਹਾਂਜੀ ਹਾਂਜੀ ਤੁਸੀਂ ਕਿੰਨੇ ਚ ਕਿਹਾ ਸੀ ਕਿੰਨੇ ਚ ਰੱਖਿਆ ਸੀ ਆਪਾਂ ਘੋੜੀਆਂ ਦਾ ਕੰਮ 2011-12 ਚ ਠੀਕ ਹੈ 2011-12 ਚ ਤੇ ਉਦੋਂ ਨਾ ਲੋਕ ਇੱਕ ਹੁੰਦੇ ਆ ਵੀ ਲੱਤਾਂ ਜਿਹੀ ਖਿੱਚਣ ਵਾਲੇ ਇਹ ਤਾਂ ਹੁੰਦਾ ਹੀ ਹੈ ਜੀ ਤੁਹਾਨੂੰ ਪਤਾ ਹੀ ਹੈ ਹੁਣ ਬਾਲਾ ਦੱਸਣ ਦੀ ਲੋੜ ਹੀ ਨੀ ਠੀਕ ਹੈ ਮੈਂ ਤਾਂ ਤੁਹਾਡੇ ਨਾਲ ਹੋਈ ਹੈ ਗੱਲ ਹਾਂ ਜੀ ਇਹ ਤਾਂ ਚੱਲ ਹੀ ਜਾਂਦਾ ਜੀ ਦੁਨੀਆਦਾਰੀ ਹੈ ਲੱਤਾਂ ਖਿੱਚਣ ਵਾਲੇ ਬਹੁਤ ਹਾਂਜੀ 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 ਇਹ ਆਪਣਾ ਜੀ ਸਰਦੂਰਗੜ੍ਹ ਤੋਂ ਹੈ ਜੀ 18 ਕਿਲੋਮੀਟਰ ਠੀਕ ਹੈ ਇੱਧਰ ਸਰਸਾ ਵੀ ਆਪਣੇ ਨੇੜੇ ਲੱਗ ਜਾਂਦਾ ਫਤਿਹਾਬਾਦ ਠੀਕ ਹੈ ਕਿਉਂਕਿ ਬਾਰਡਰ ਤੇ ਆ ਗਏ ਸਰਸਾ ਇੱਥੋਂ ਹੈ 30 ਕਿਲੋਮੀਟਰ ਜੀ ਆਪਣੇ ਤੋਂ ਠੀਕ ਹੈ ਬਾਈ ਫਤਿਹਾਬਾਦ 20 ਕਿਲੋਮੀਟਰ ਜੀ ਠੀਕ ਹੈ ਸਾਰਾ ਏਰੀਆ ਇੱਥੇ ਆਪਣੇ ਇੱਧਰ ਨੇੜੇ ਨੇੜੇ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਘੋੜੀਆਂ ਕਈ ਡਾਕਟਰ ਕਹਿ ਦਿੰਦੇ ਨੇ ਆਹ ਘੋੜੀ ਖੜੀ ਹੈ ਜੀ ਆਪਣੇ ਘਰੀ ਚੰਬੀ ਇਹ ਵੀ 4-5 ਸਾਲਾਂ ਬਾਅਦ ਸੂਈ ਹੈ ਜੀ ਮੇਰੇ ਪਿੰਡੋਂ ਲਈ ਸੀ ਮੈਂ ਇਹ ਠੀਕ ਹੈ ਤੇ ਡਾਕਟਰ ਨੇ ਚੈੱਕ ਕਰੀਏ ਕਹਿੰਦਾ ਰਹਿੰਦੀ ਨਹੀਂ ਕਈ ਡਾਕਟਰਾਂ ਨੇ ਚੈੱਕ ਕਰੀ ਉਹਨਾਂ ਨੇ ਮਲਾਈ ਸੀ ਠੀਕ ਹੈ ਆਹ ਤੁਹਾਡੇ ਸਾਹਮਣੇ ਜੀ ਸੂਈ ਖੜੀ ਹੈ ਦੁਬਾਰੇ ਵੀ ਸਿਲੇ ਚ ਰਹੀ ਗੱਪਨ ਠੀਕ ਹੈ ਹਾਂਜੀ ਹਾਂਜੀ ਤੇ ਕਿਹੜੇ ਕਿਹੜੇ ਬਈ ਰੰਗ ਦੀਆਂ ਘੋੜੀਆਂ ਦੇ ਨੁਕਰੇ ਵਿੱਚ ਲਾਏ ਸਪੋਟਲੈਸ ਤੁਹਾਨੂੰ ਮੈਂ ਪਹਿਲਾਂ ਵੀ ਦੱਸੇ ਚੰਬੀ ਜ਼ਿਆਦਾਤਰ ਮਲਾਈਆਂ ਘੋੜੀਆਂ ਚੰਬੀਆਂ ਦੇ ਨੁਕਰੇ ਕੀ ਕਹਿਣਾ ਵਿੱਚ ਆ ਵੀ ਜਾਂਦੇ ਆ ਹੁਣ ਪਤਾ ਹੀ ਹੈ ਤੁਹਾਨੂੰ ਘੋੜਿਆਂ ਦਾ ਚੰਬੇ ਬੱਚੇ ਵੀ ਆ ਜਾਂਦੇ ਆ ਜ਼ਿਆਦਾਤਰ ਨੁਕਰੇ ਹੀ ਸੂਏ ਜੀ ਇੱਕ ਆਪਣੇ ਪਿੰਡ ਹੀ ਘੋੜੀਆਂ ਦੀ ਜ਼ਿਆਦਾਤਰ ਚੰਗੀ ਘੋੜੀ ਤਾਂ ਆਪਾਂ ਕਹਿ ਦਈਏ ਵੀ ਕੋਈ ਮਲਾਈ ਨੀ ਨਾਰਮਲ ਹੀ ਮਲਾਈਆਂ ਕਿਉਂ ਅਜੇ ਘੋੜੇ ਦਾ ਪਤਾ ਹੀ ਨੀ ਜੀ ਕਿਸੇ ਨੂੰ ਨਾਰਮਲ ਘੋੜੀਆਂ ਦੇ ਬੱਚੇ ਬਹੁਤ ਆ ਘੋੜਾ ਲੁਕਿਆ ਜਾ ਖੜਾ ਹਾਂਜੀ 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 ਬਸ ਹੁਣ ਮੂਰੇ ਆਉਣ ਲੱਗ ਜਾਣਾਗਾ ਚਲੋ ਤਾਂ ਆਈ ਗਿਆ ਮੂਰੇ ਬਸ ਆਉਣ ਲੱਗ ਜਾਣਾ ਕੀ ਆ ਹਾਂਜੀ 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 ਤੇ ਮੈਂ ਕੋਈ ਗੱਲ ਹੋਰ ਪਤਾ ਜਿਹੜੇ ਆਪਣੇ ਨਵੇਂ ਮੁੰਡੇ ਕੰਮ ਸਟਾਰਟ ਕਰਦੇ ਆ ਹਨਾ ਹਾਂਜੀ ਹਾਂਜੀ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਵੀ ਕਿਹੜਾ ਘੋੜੀਆਂ ਕਿਹੜੀ ਕਿਹੜਾ ਜਾਨਵਰ ਘੋੜੀ ਰੱਖਣੀ ਚਾਹੀਦਾ ਉਹਨਾਂ ਨੂੰ ਪਹਿਲਾਂ ਘੋੜਾ ਰੱਖਣਾ ਚਾਹੀਦਾ ਨਹੀਂ ਆਪੋ ਆਪਣੀ ਜੀ ਚੁਆਇਸ ਹੁੰਦੀ ਹੈ ਕਿਸੇ ਕਈ ਬੰਦਿਆਂ ਦਾ ਮਨ ਹੁੰਦਾ ਜੀ ਆਪਾਂ ਘੋੜਾ ਤਿਆਰ ਕਰਨਾ ਹੈ ਕਈ ਬੰਦਿਆਂ ਦਾ ਹੁੰਦਾ ਵੀ ਆਪਾਂ ਘੋੜੀ ਲੈਣੀ ਹੈ ਘੋੜੀ ਨਵੇਂ ਮੁੰਡਿਆਂ ਵਾਸਤੇ ਆਏ ਵੀ ਕੋਈ ਗੱਬਣ ਘੋੜੀ ਚੰਬੀ ਕੋਈ ਸਸਤੇ ਰੇਟ ਦੀ ਪਹਿਲੀ ਵਾਰ ਕੋਈ ਵੀ ਕੰਮ ਸਟਾਰਟ ਕਰਨਾ ਹੈ ਇੱਕ ਵਾਰੀ ਨਵਾਂ ਬੰਦਾ ਹੁੰਦਾ ਕੋਈ ਦਿੱਕਤ ਨਹੀਂ ਆਉਂਦੀ ਚੰਬੀ ਘੋੜੀ ਠੀਕ ਹੈ ਸਹੀ ਠੀਕ ਹੈ ਜੀ ਹਾਂਜੀ ਬਾਈ ਕੀ ਹਾਲ ਆ ਤੁਹਾਡਾ ਜੀ ਸਿਕਾ ਜੀ ਬਹੁਤ ਵਧੀਆ ਜੀ ਤੇ ਨਾਮ ਦੱਸ ਦਿਓ ਪਹਿਲਾਂ ਤੁਹਾਡਾ ਮੇਰਾ ਨਾਮ ਜੀ ਪਰਮਪਾਲ ਸਿੰਘ ਕਿਹੜਾ ਪਿੰਡ ਹੈ ਜੀ ਆਪਣਾ ਬੱਗੂ ਹੋਈ ਰਹਿ ਗਈ ਆ ਸੰਗੇ ਤੋਂ ਨਾਲ ਹੀ ਬਸ ਬਾਰਡਰ ਤੇ ਹੈ ਜੀ ਠੀਕ ਹੈ ਜੀ ਚਾਚਾ ਜੀ ਹੋਰੀ ਮਤਲਬ ਪੰਜਾਬ ਚ ਆ ਗਏ ਠੀਕ ਹੈ ਜੀ ਤੇ ਆਪਾਂ ਹਰਿਆਣੇ ਚ ਬਾਰਡਰ ਤੇ ਬੈਠੇ ਆ ਠੀਕ ਹੈ ਬਾਰਡਰ ਤੇ ਬੈਠੇ ਪਹਿਲਾ ਪਿੰਡ ਹਰਿਆਣੇ ਦਾ ਬੱਗੂ ਵਾਲੀ ਆ ਗਏ ਠੀਕ ਹੈ ਜੀ ਤੁਹਾਡੇ ਕੋਲੇ ਕਿੰਨੇ ਜਾਨਵਰ ਰੱਖੇ ਹੋਏ ਆਪਣੇ ਕੋਲ 2 ਜਾਨਵਰ ਹੈ ਜੀ ਠੀਕ ਹੈ 2 ਬਛੇਰੀਆਂ ਜੀ ਹਾਂਜੀ ਇੱਕ ਮਾਰਵਾੜੀ ਬਛੇਰੀ ਹੈ ਜੀ ਇੱਕ ਨੌਕਰੀ ਬਛੇਰੀ ਹੈ ਜੀ ਠੀਕ ਹੈ ਜੀ ਇੱਕ ਘੋੜੀ ਪਹਿਲਾਂ ਸੇਲ ਕਰਤੀ ਸੀ ਉਹ ਗੱਬਣ ਸੀ ਸੂਣ ਵਾਲੀ ਠੀਕ ਹੈ ਜੀ ਤੇ ਤੁਸੀਂ ਵੀ ਹੁਣ ਘੋੜਾ ਤੁਸੀਂ ਆਉਂਦੇ ਜਾਂਦੇ ਰਹਿਣੇ ਹੋਵੋਗੇ ਚਾਚੇ ਭਤੀਜਾ ਤੁਸੀਂ ਹੈਗੇ ਹੋ ਤੇ ਤੁਸੀਂ ਆਉਂਦੇ ਜਾਂਦੇ ਰਹਿੰਦੇ ਤੁਹਾਨੂੰ ਕਿਵੇਂ ਲੱਗਦਾ ਘੋੜਾ ਇਹ ਘੋੜਾ ਬਹੁਤ ਵਧੀਆ ਜੀ ਠੀਕ ਹੈ ਜੀ ਜਿਵੇਂ ਏਰੀਏ ਦੇ ਹਿਸਾਬ ਨਾਲ ਜੀ ਸਾਡੇ ਏਰੀਏ 'ਚ ਕੋਈ ਚੰਗਾ ਨੁਕਰਾ ਘੋੜਾ ਹੈ ਹੀ ਨਹੀਂ ਸੀ ਚੰਗਾ ਘੋੜਾ ਐਡੇ ਕਦਾਵਾਰ ਘੋੜਾ ਦਰਮਿਆਨੇ ਏਰੀਏ ਜਿਵੇਂ ਇੱਧਰ ਸਾਡੇ ਘੋੜੀਆਂ ਘੋੜੀਆਂ ਦਾ ਘੱਟ ਹੈ ਠੀਕ ਹੈ ਜੀ ਬਹੁਤ ਚੰਗਾ ਘੋੜਾ ਖੜਾ ਲੁਕਾ ਜਿਹਾ ਬਸ ਥੋੜਾ ਜਿਹਾ ਲੁਕਿਆ ਖੜਾ ਹਾਂ ਜੀ ਤੇ ਆਮ ਦਰਮਿਆਨੀਆਂ ਘੋੜੀਆਂ ਤੇ ਬਹੁਤ ਵੱਡੇ ਬੱਚੇ ਹੈ ਜੀ ਠੀਕ ਹੈ ਜੀ ਤੇ ਮਿਲਾ ਕੇ ਮਤਲਬ ਲੋਕਾਂ ਨੂੰ ਸੁੱਖ ਹੈ ਘੋੜਾ ਪਾਲਕਾਂ ਨੂੰ ਬਹੁਤ ਸੁੱਖ ਹੈ ਘੋੜੇ ਦਾ ਠੀਕ ਹੈ ਜੀ ਨੇੜੇ ਘੋੜਾ ਕਰਕੇ ਚੰਗਾ ਘੋੜਾ ਬਹੁਤ ਤੁਸੀਂ ਜਿਵੇਂ ਆਪਣੇ ਮੰਨ ਕੇ ਚਲੋ ਨੌਜਵਾਨ ਹੁਣ ਬਾਬਾ ਨਸ਼ਿਆਂ 'ਚ ਵੜ ਕੇ ਤੇ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਆਪਣਾ ਘੋੜੀਆਂ ਦਾ ਕੰਮ ਜੇ ਕਦੀ ਹੋ ਜਾਂਦਾ ਨਹੀਂ ਅਸਲ ਜੀ ਨਸ਼ਾ ਜਿਹੜਾ ਵਿਹਲੜ ਬਣਿਆ ਜੀ ਉਹਦੇ ਕਰਕੇ ਨਸ਼ਾ ਜੀ ਠੀਕ ਹੈ ਹੁਣ ਊਂ ਕੰਮ ਨਹੀਂ ਕੋਈ ਹਾਂ ਬਾਈ ਜਿਵੇਂ ਲਾ ਲਓ ਸ਼ੌਂਕ ਹੈ ਚਲੋ ਬੰਦਾ ਇੱਕ ਜਾਨਵਰ ਵੀ ਰੱਖਿਆ ਤਾਂ ਉਹਦੇ ਤੇ ਲੱਗਿਆ ਰਹਿੰਦਾ ਲੱਗਿਆ ਰਹਿੰਦਾ ਬੰਦਾ ਹਨਾ ਹਾਂ ਸਹੀ ਗੱਲ ਹਾਂ ਵੀਰੇ ਮਿੱਠੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਤੁਸੀਂ ਹੁਣ ਜਿਵੇਂ ਇੰਨੇ ਪੁਰਾਣੇ ਹੋ ਹਨਾ ਘੋੜੀਆਂ 'ਚ ਵਪਾਰ ਦਾ ਕੰਮ ਵੀ ਕਰਦੇ ਹੋ ਹਾਂਜੀ ਤੇ ਤੁਸੀਂ ਵੀ ਆਪਣੇ ਦਰਸ਼ਕਾਂ ਨੂੰ ਜਿਹੜੇ ਨਵੇਂ ਵੀਰ ਨੇ ਕੀ ਸੇਧ ਦੇਣਾ ਚਾਹੋਗੇ ਉਹਨਾਂ ਨੂੰ ਕਿਵੇਂ ਸ਼ੁਰੂ ਕਰਨ ਕੰਮ ਉਹ ਤੇ ਕਿਹੋ ਜਿਹਾ ਘੋੜਾ ਲੈਣ ਦੇਖੋ ਜੀ ਘੋੜੇ ਬਾਰੇ ਤਾਂ ਸਾਰਾ ਤੁਹਾਨੂੰ ਵੀਡੀਓ ਦੇਖੋਗੇ ਪਤਾ ਲੱਗ ਹੀ ਜਾਊਗਾ ਹਨਾ ਵਾਲ ਭੌਰੀਆਂ ਦਾ ਸਾਫ ਹੈ ਜੀ ਬਿਲਕੁਲ ਹਾਂਜੀ ਹਾਂਜੀ ਤੇ ਪਿੱਠਪੁੜਾ ਮੰਨ ਲਓ ਵੀ ਜਿਵੇਂ ਸਮੁੰਦਰ ਘੋੜੇ ਨੂੰ ਚੰਗਾ ਮੰਨਦੇ ਆ ਤੇ ਪਿੱਠਪੁੜਾ ਇਹਦਾ ਬਹੁਤ ਜ਼ਿਆਦਾ ਚੰਗਾ ਐ ਸਿੱਧਾ ਪਿਆ ਘੋੜਾ ਜਮਾ ਕੋਈ ਲੇਦ ਨਹੀਂ ਹੈਗੀ ਜਿਵੇਂ ਇੰਨੀ ਲੰਮਾਈ ਆ ਨਹੀਂ ਲੰਮਾਈ ਚ ਲੇਦ ਬਣ ਜਾਂਦੀ ਆ ਹਾਂਜੀ ਹਾਂਜੀ ਸੁੰਬ ਬਹੁਤ ਤਕੜਾ ਖੜਨੀ ਗਰਦਨ ਤਨ ਵੇਲ ਬਹੁਤ ਲੰਮੀ ਸਾਰੀ ਚੀਜ਼ ਪਰਫੈਕਟ ਹੈ ਜੀ ਮੇਨ ਚੀਜ਼ ਕੀ ਹੁੰਦੀ ਆ ਇਹਦਾ ਰਿਜ਼ਲਟ ਰਿਜ਼ਲਟ ਬਹੁਤ ਜ਼ਿਆਦਾ ਸੋਹਣਾ ਜੀ ਘੋੜੇ ਦਾ ਵਾਲ ਭੌਰੀਆਂ ਦਾ ਸਾਫ ਹੈ ਬਿਲਕੁਲ ਹਾਂਜੀ ਹੈ
ਬਾਕੀ ਇਹ ਮੰਨ ਲਓ ਜੀ ਦੇਖਣ ਵਾਲੇ ਵੀਰਾਂ ਨੂੰ ਆਪਾਂ ਕਹਿੰਦੇ ਆ ਵੀ ਵਧੀਆ ਘੋੜੀਆਂ ਰੱਖੋ ਸੋਹਣੀਆਂ ਵਧੀਆ ਗਰਦਨ ਕੱਟ ਕੰਡੀਸ਼ਨ ਇਹੋ ਜਿਹੇ ਘੋੜਿਆਂ ਤੋਂ ਮਿਲਾਓ ਦੇਖੋ ਗਾਂਹ ਬੱਚਿਆਂ ਨੂੰ ਸ਼ੌਂਕ ਬਣ ਜਾਂਦਾ ਹਨਾ ਜੀ ਨਸ਼ਿਆਂ ਤੋਂ ਬਚਦੇ ਆ ਤੇ ਆਪਦੇ ਮਾਂ ਪਿਓ ਦੀ ਵਧੀਆ ਸੇਵਾ ਕਰੋ ਤੇ ਉਹ ਆਪੇ ਹੀ ਖੁਸ਼ ਹੋ ਕੇ ਨਾਲੇ ਸੋਨੂੰ ਨੀ ਘੋੜੀ ਤੋਂ ਜਵਾਬ ਦੇਣਾ ਜਦੋਂ ਸਹੀ ਕੰਮ ਕਰੋਗੇ ਹਨਾ ਤੇ ਜਦੋਂ ਆਪਾਂ ਗਲਤ ਸੰਗਤਾਂ ਚ ਰਲ ਜਾਂਦੇ ਆ ਤੇ ਉਦੋਂ ਫਿਰ ਜੀ ਥੋੜਾ ਜਿਹਾ ਮਾਂ ਪਿਓ ਨੂੰ ਵੀ ਪਰੇਸ਼ਾਨੀ ਹੋ ਜਾਂਦੀ ਆ ਤੇ ਜੇ ਤੁਸੀਂ ਸਹੀ ਘਰੇ ਕੰਮ ਕਰੋਗੇ ਤਾਂ ਮਾਂ ਪਿਓ ਕਿਸੇ ਦਾ ਨੀ ਆਪਦੇ ਬੱਚੇ ਨੂੰ ਜਵਾਬ ਦਿੰਦਾ ਘੋੜੀ ਲੈਣ ਤੋਂ ਵੀ ਨਾ ਲਓ ਹਰੇਕ ਆਖੂ ਜਦੋਂ ਸਹੀ ਕੰਮ ਕਰਦਾ ਵੀ ਕੀ ਗੱਲ ਆ ਫਿਰ ਆਪਾਂ ਘੋੜੀ ਲੈ ਦਾਂਗੇ ਇਹਨੂੰ ਹੈ ਜੀ ਤੇ ਇਸ ਕਰਕੇ ਸਾਰੇ ਆਪਾਂ ਨੌਜਵਾਨ ਵੀਰਾਂ ਨੂੰ ਕਹਿੰਦੇ ਆ ਵੀ ਨਸ਼ਿਆਂ ਤੋਂ ਬਚ ਕੇ ਰਹੋ ਇਹੋ ਜਿਹਾ ਨਸ਼ਾ ਕਰੋ ਨਾਲੇ ਆਏ ਸਾਲ ਬੱਚਾ ਹੁੰਦਾ ਜੀ ਘਰੇ ਆਮਦਨ ਵੀ ਹੁੰਦੀ ਆ ਨਾਲੇ ਸ਼ੌਂਕ ਤੇ ਨਾਲੇ ਦੇਖਣ ਵਾਲੇ ਨੂੰ ਸੋਹਣਾ ਲੱਗਦਾ ਜੀ ਹਾਂਜੀ ਸਰਦਾਰੀ ਸ਼ੌਂਕ ਹਾਂ ਸਰਦਾਰੀ ਸ਼ੌਂਕ ਆ ਜੀ ਇਹ ਹੈ ਤੇ ਬਾਕੀ ਇਹ ਗੁਰੂਆਂ ਦੀ ਸਵਾਰੀ ਹੈ ਘਰੇ ਰੱਖਣਾ ਤਾਂ ਬਹੁਤ ਵੱਡੀ ਗੱਲ ਹੈ ਜੀ ਜੇ ਸਵੇਰੇ ਇਹਦੇ ਦਰਸ਼ਨ ਹੋ ਜਾਣ ਨਾ ਮੱਥੇ ਲੱਗ ਜੇ ਸਾਰਾ ਦਿਨ ਹੀ ਬਹੁਤ ਵਧੀਆ ਲੱਗਦਾ ਹਾਂਜੀ ਤੇ ਬੰਦੇ ਦੀਆਂ ਸਾਰੀਆਂ ਟੈਨਸ਼ਨਾਂ ਦੂਰ ਹੋ ਜਾਂਦੀਆਂ ਸਹੀ ਗੱਲ ਇਹਨੂੰ ਦੇਖ ਕੇ ਜੀ ਹੁਣ ਆ ਦੇਖ ਲਓ ਇੰਨੇ ਵੀਰ ਬੈਠੇ ਆ ਆਪਾਂ ਇਹ ਜੇ ਘੋੜਾ ਇਹਨਾਂ ਬਾਈ ਕੋਲੇ ਤਾਂ ਹੀ ਆਇਆ ਨਹੀਂ ਆਪਾਂ ਹੋਰ ਕਿੱਥੇ ਜਾਂਦੇ ਆ ਜੀ ਹੁਣ ਆਪਣੇ ਕੋਲੇ ਤਰਨ ਤਾਰਨ ਤੋਂ ਆਨੰਦਪੁਰ ਸਾਹਿਬ ਤੋਂ ਬਹੁਤ ਦੂਰੋਂ ਦੂਰੋਂ ਆਉਂਦੇ ਆ ਜੀ ਬਹੁਤ ਪ੍ਰੇਮ ਕਰਦੇ ਆ ਵੀਡੀਓ ਦੇਖਦੇ ਆ ਆਪਣੀਆਂ ਜਗਦੀਪ ਭੰਗੂ ਚੈਨਲ ਤੇ ਆਉਂਦੀਆਂ ਜ਼ਿਆਦਾ ਵੀਡੀਓ ਆਪਣੀ ਭੂਆ ਜੀ ਦਾ ਲੜਕਾ ਹੀ ਆ ਉਹ ਮੁੰਡਾ ਹੈ ਤੇ ਬਹੁਤ ਪ੍ਰੇਮ ਕਰਦੇ ਆ ਜੀ ਲੋਕ ਬਾਕੀ ਕੰਮ ਹੀ ਐਡਾ ਸ਼ਾਹੀ ਆ ਜੀ ਇਹ ਹਰੇਕ ਬੰਦਾ ਕਦਰ ਕਰਦਾ ਤੇ ਰਿਸ਼ਤੇਦਾਰਾਂ ਨਾਲ ਉਹ ਵੀ ਵੱਧ ਵਰਤਦੇ ਆ ਘੋੜੀਆਂ ਵਾਲੇ ਹਾਂਜੀ ਹਾਂਜੀ ਤੇ ਬਾਈ ਇੱਕ ਗੱਲ ਹੋਰ ਆਪਾਂ ਹੁਣ ਘੋੜੀਆਂ ਦਾ ਕੰਮ ਜਿਵੇਂ ਤੁਸੀਂ ਪੁਰਾਣਾ ਤੋਰਿਆ ਵੀ ਹਾਂਜੀ ਤੇ ਹੁਣ ਵੀ ਦਵਾ ਦਿੰਦੇ ਘੋੜੀ ਜੀ ਕਿਸੇ ਹਾਂਜੀ ਹਾਂਜੀ ਘੋੜੀ ਜਿਹੇ ਜੀ ਮਰਜ਼ੀ ਆਖੇ ਵੀ ਆਪਾਂ ਉਹ ਜੀ ਦਵਾ ਦਾਂਗੇ ਜੀ ਠੀਕ ਹੈ ਆਪਣਾ ਵਧੀਆ ਰਿਲੇਸ਼ਨ ਤੇ ਆਪਣੇ ਦਰਸ਼ਕਾਂ ਨੂੰ ਇੱਕ ਵਾਰ ਦਾ ਨੰਬਰ ਬੋਲ ਦਿਓ ਜੀ ਜੇ ਕਿਸੇ ਵੀਰ ਨੇ ਘੋੜੀ ਲੈਣੀ ਹੋਵੇ ਤਾਂ ਆਪਣਾ ਜੀ 82849 0137 ਠੀਕ ਹੈ ਜੀ ਹਾਂ ਸਰਦੂਲਗੜ੍ਹ ਪਿੰਡ ਆ ਜੀ ਆਪਣਾ ਬਾਕੀ ਸਾਰੇ ਵੀਰ ਘੋੜੀਆਂ ਵਾਲੇ ਜਾਣਦੇ ਹੋਣਗੇ ਵੀ ਹਾਂਜੀ ਜਦੋਂ ਮਰਜ਼ੀ ਫੋਨ ਕਰਨ ਕੋਈ ਦਿੱਕਤ ਨਹੀਂ ਆਪਾਂ ਨੂੰ ਜੈ ਜੀ ਘੋੜੀ ਆਖਣਗੇ ਦਵਾ ਦਾਂਗੇ ਉਹਨਾਂ ਨੂੰ ਆਪਾਂ ਆਪ ਵੀ ਲੈ ਆਉਂਦੇ ਹੁੰਦੇ ਆ ਜੀ ਠੀਕ ਹੈ ਜੀ ਤੇ ਭਾਈ ਤੁਹਾਡਾ ਵੀ ਨੰਬਰ ਤੁਸੀਂ ਵੀ ਨੰਬਰ ਬੋਲ ਦਿਓ ਆਪਣਾ ਕਨੈਕਟ ਨੰਬਰ ਹੈ 94172 ਜੀ ਹਾਂਜੀ 33604 ਠੀਕ ਹੈ ਜੀ ਤੇ ਪਿੰਡ ਵੀ ਦਵਾਲੇ ਦੱਸ ਦਿਓ ਪਿੰਡ ਆਪਣਾ ਸੰਘਾ ਜੀ ਠੀਕ ਹੈ ਜੀ ਜ਼ਿਲ੍ਹਾ ਮਾਨਸਾ ਠੀਕ ਹੈ ਭਾਈ ਹਾਂਜੀ ਭਾਈ ਤੂੰ ਕੁਝ ਕਹਿਣਾ ਚਾਹੁੰਦਾ ਜੀ ਮਤਲਬ ਮੈਂ ਕਹਿਣਾ ਚਾਹੁੰਦਾ ਸੀ ਜਿਵੇਂ ਘੋੜਾ ਆਪਾਂ ਕਹਿ ਦਿੰਦੇ ਹਾਂ ਨਾ ਘੋੜਾ ਮਤਲਬ ਕਈ ਘੋੜੇ ਆਪ ਵਾਲੇ ਚੰਗੇ ਹੈ ਪਰ ਲਾ ਲਓ ਵੀ ਰਿਜ਼ਲਟ ਚੰਗੀਆਂ ਘੋੜੀਆਂ ਤੇ ਹੀ ਆਉਂਦੇ ਆ ਘੋੜਾ ਅਸਲ ਮੰਨਿਆ ਉਹੀ ਜਾਂਦਾ ਹੈ ਬਰੀਡਰ ਸਹੀ ਘੋੜਾ ਵੀ ਜਿਹੜਾ ਦਰਮਿਆਨੀ ਘੋੜੀ ਤੇ ਵੀ ਚੰਗਾ ਰਿਜ਼ਲਟ ਆਉਂਦਾ ਸਹੀ ਗੱਲ ਹੈ ਬਾਈ ਵੀ ਚੰਗੀ ਘੋੜੀ ਤੇ ਤਾਂ ਚੰਗਾ ਦੇ ਸਹੀ ਗੱਲ ਹੈ ਤੇ ਵੀ ਉਹ ਖਾਸੀਅਤ ਬਹੁਤ ਵਧੀਆ ਲੱਗੀ ਸਾਨੂੰ ਵੀ ਆਮ ਖੁੱਲੇ ਕੰਨਾਂ ਦੀਆਂ ਘੋੜੀਆਂ ਤੇ ਵੀ ਲਾ ਲਓ ਵੀ ਜਮਾਂ ਦਰਮਿਆਨੀਆਂ ਘੋੜੀਆਂ ਤੇ ਬਹੁਤ ਚੰਗੇ ਚੰਗੇ ਬੱਚੇ ਆਏ ਆ ਸੋਹਣੇ ਠੀਕ ਹੈ ਜੀ ਤੇ ਹਾਂਜੀ ਮਿੱਤਰੋ ਤੇ ਜਿਵੇਂ ਕਿ ਤੁਸੀਂ ਹੁਣ ਘੋੜਾ ਦੇਖ ਹੀ ਚੁੱਕਿਆ ਤੇ ਬਾਈ ਨੇ ਗੱਲਬਾਤ ਸਾਰੀ ਆਪਣੇ ਦਾ ਕਰ ਲਈ ਆ ਤੇ ਸੋਨੂੰ ਪਤਾ ਲੱਗ ਗਿਆ ਹੁਣ ਬਾਈ ਦੀ ਜਿਹੜਾ ਸਟਾਟੋ ਸਰਵਿਸ ਦੀ ਫੀਸ ਆ ਗਈ ਤੇ ਉਹ ਸਾਰੀ 15,000 ਰੁਪਏ ਆ ਕੋਈ ਬਾਹਲੀ ਨਜਾਇਜ਼ ਨਹੀਂ ਹੈਗੀ ਜਮਾਂ ਜਾਇਜ਼ ਰੱਖੀ ਹੋਈ ਆ ਤੇ ਬਾਈ ਕਹਿੰਦਾ ਜੇ ਕੋਈ ਮਾੜਾ ਮੋਟਾ ਨਾ ਗਰੀਬ ਗੁਰਬਾ ਆ ਜਾਂਦਾ ਤੇ ਉਹ ਜਿੰਨੇ ਦੇ ਗਿਆ ਤਾਂ ਠੀਕ ਆ ਬਾਈ ਇਹਨਾਂ ਗੱਲ ਹਾਂ ਜਮਾਂ ਇਹ ਜੇ ਘੋੜਿਆਂ ਦੀ ਜੀ 55,000 ਫੀਸ ਕਰ ਰੱਖੀ ਆ ਹਾਂ ਸਹੀ ਗੱਲ ਆ ਬਾਈ ਹੈਗੀ ਆ ਨਹੀਂ ਕੋਈ ਗੱਲ ਨਹੀਂ ਜੇ ਕੋਈ ਜ਼ਿਆਦਾ ਗਰੀਬ ਆ ਤਾਂ ਹੋਰ ਵੀ ਬਾਈ ਮਾਨਤਾਨ ਕਰ ਦੇਣਗੇ ਹਾਂ ਆਪਾਂ ਜੀ ਫੀਸ ਨੂੰ ਮਾਰ ਬੱਚਾ ਗਏ ਹੀ ਨਹੀਂ ਜਨਾ ਸਰੇ ਠੀਕ ਆ ਬਾਈ ਬਾਕੀ ਰਹਿਣ ਦਾ ਪ੍ਰਬੰਧ ਹੈਗਾ ਠੀਕ ਆ ਵਧੀਆ ਠੀਕ ਆ ਜੀ ਦਾ ਉਹ ਵੀ ਕੋਈ ਗੱਲ ਨਹੀਂ 2-4 ਦਿਨ ਖੜੂਗੀ ਤਾਂ ਠੀਕ ਹੈ ਤੇ ਤੁਸੀਂ ਮਿੱਤਰੋ ਵੀਡੀਓ ਤੁਸੀਂ ਦੇਖ ਸਕਦੇ ਹੋ ਹੁਣ ਕਲਿੱਪਾਂ ਆਪਾਂ ਲਾ ਦੇਵਾਂਗੇ ਬਸ ਜਿੱਥੇ ਜਿਹੜੀ ਚੀਜ਼ਾਂ ਦੀ ਗੱਲ ਕਰੀ ਹੋਊਗਾ ਆਪਾਂ ਕਲਿੱਪਾਂ ਲਾ ਦੇਵਾਂਗੇ ਮਾਂ ਦੀ ਕਲਿੱਪ ਲਾਤੀ ਆਪਾਂ ਘੋੜੇ ਦੀ ਵੀ ਲਾਵਾਂਗੇ ਤੇ ਰਿਜ਼ਲਟ ਦੀ ਵੀ ਲਾਵਾਂਗੇ ਤੇ ਤੁਸੀਂ ਦੇਖ ਲਿਓ ਕਮੈਂਟ ਕਰਕੇ ਦੱਸ ਦਿਓ ਕਿਵੇਂ ਲੱਗੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਪਣੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।